ਪੰਜਾਬ ਸਾਹਿਤ ਅਕਾਦਮੀ ਵੱਲੋਂ ਜਿਹੜੇ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਨੇ, ਲਿਟਰੇਰੀ ਮੀਟਿੰਗਸ, ਨੈਸ਼ਨਲ ਲੈਵਲ ਦੇ ਸੈਮੀਨਾਰ, ਸ਼ਲਾਘਾਯੋਗ ਉੱਦਮ ਹੈ ਇਹਨਾਂ ਸਾਰੇ ਕਰਮੀਆਂ ਦਾ, ਡਾਕਟਰ ਸਰਬਜੀਤ ਕੌਰ ਸੋਹਲ ਹੋਰਾਂ ਦੀ ਅਗਵਾਈ ਦੇ ਵਿੱਚ ਇਹ ਸਾਰੇ ਕਾਰਜ ਆਰੰਭੇ ਗਏ ਨੇ। ਔਰ ਮੈਂ ਪਹਿਲੀ ਵਾਰ ਮੈਂ ਮਹਿਸੂਸ ਕਰ ਰਿਹਾ ਕਿ ਅਕਾਦਮੀ ਪਹਿਲੀ ਦਫਾ ਹੈ ਜਦੋਂ ਚੰਡੀਗੜ੍ਹ ਤੋਂ ਨਿਕਲ ਕੇ ਅਤੇ ਪੰਜਾਬ ਦੀਆਂ ਵੱਖ ਵੱਖ ਥਾਵਾਂ 'ਤੇ ਉਹਨਾਂ ਰਿਮੋਟ ਇਲਾਕਿਆਂ ਦੇ ਵਿੱਚ, ਮਾਨਸਾ, ਬਠਿੰਡਾ, ਬਰਨਾਲਾ ਜਾਂ ਹੋਰ ਦੂਰ ਦੂਰ ਤੱਕ, ਜਾਂ ਅੱਜ ਜਿਵੇਂ ਜਲੰਧਰ ਦੇ ਵਿੱਚ ਸੈਮੀਨਾਰ ਕਰਵਾਇਆ ਜਾ ਰਿਹਾ ਪੰਜਾਬੀ ਸਾਹਿਤ ਸੰਵਾਦ ਅਤੇ ਸੰਵੇਦਨਸ਼ੀਲਤਾ। ਸੋ ਇਹ ਜਿਹੜੀ ਸੰਵੇਦਨਾ ਹੈ, ਜੋ 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 ਇੱਕ ਡਾਇਲੋਗ ਜਿਹੜਾ ਕਿਤੇ ਠਹਿਰ ਗਿਆ ਲੱਗਦਾ ਸੀ ਸਾਨੂੰ, ਅਸੀਂ ਉਸ ਵਿਰਾਸਤ ਵਾਲੇ ਹਾਂ ਜਿਹਦੇ ਵਿੱਚ ਗੋਸ਼ਟ ਸ਼ਬਦ ਹੈ। ਟੈਂਕੇ ਨੂੰ ਸਿਹਾਰੀ ਜਦੋਂ ਲਾਉਂਦੇ ਨੇ, ਗੋਸ਼ਟ ਦਾ ਮਤਲਬ ਜਿਹੜਾ ਕੰਟੀਨਿਊਸਲੀ ਡਾਇਲੋਗ ਸੰਵਾਦ ਡਿਸਕੋਰਸ ਜਿਹੜਾ ਹੈ ਉਹ ਚੱਲ ਰਿਹਾ ਹੈ। ਸੋ ਉਹਦੇ ਵਿੱਚ ਕਿਤੇ ਨਾ ਕਿਤੇ ਸਾਨੂੰ ਲੱਗਦਾ ਸੀ ਕਿਤੇ ਖੱਪੇ ਪੈਦਾ ਹੋ ਰਹੇ ਸੀਗੇ, ਔਰ ਇਹ ਇਹਨਾਂ ਇਹਨਾਂ ਸੈਮੀਨਾਰਸ ਦੇ ਥਰੂ ਉਹਨਾਂ ਖੱਪਿਆਂ ਨੂੰ ਪੂਰਨ ਦੀ ਕੋਸ਼ਿਸ਼ ਹੋ ਰਹੀ ਹੈ।